ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਭਾਗ ਤੇ ਕਰਮ ਮਨੁੱਖ ਦੇ ਹਾਲਾਤ ਤੇ ਦਸ਼ਾ ਦੱਸਦੇ ਨੇ ਇਹ ਦੋਵੇਂ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ ਸਾਜ ਸੰਗਤ ਜੀ ਸੁਖ ਸੁਹੂਲਤ ਕੋਈ ਨਹੀਂ ਚਾਹੁੰਦਾ ਹਰ ਮਨੁੱਖੀ ਚਾਹੁੰਦਾ ਹੈ ਕਿਹਾ ਜਾਂਦਾ ਹੈ ਜੋ ਮਿਹਨਤ ਕਰਦਾ ਹੈ ਉਹੀ ਸਫਲ ਹੁੰਦਾ ਹੈ ਉਹ ਹਮੇਸ਼ਾ ਬੁਲੰਦੀਆਂ ਤੱਕ ਪਹੁੰਚਦਾ ਤਨ ਸੁਖ ਹਾਸਲ ਕਰਨ ਲਈ ਮਿਹਨਤ ਤੇ ਕਰਨੀ ਹੀ ਪੈਂਦੀ ਹੈ ਇਸ ਨਾਲ ਆਪਣੇ ਭਾਗਾਂ ਦਾਸ ਜੋ ਹੈ ਸਾਥੀ ਹੋਣਾ ਬਹੁਤ ਜ਼ਰੂਰੀ ਹੈ ਭਾਗ ਉਦੋਂ ਹੀ ਸਾਥ ਦਿੰਦੇ ਨੇ ਜਦੋਂ ਆਪਾਂ ਵਾਹਿਗੁਰੂ ਦਾ ਨਾਮ ਲੈਂਦੇ ਆ ਪਰ ਕੁਝ ਧਰਮਾਂ ਤੇ ਗ੍ਰੰਥਾਂ ਦਾ ਮੰਨ ਹੈ ਕਿ ਆਪਾਂ ਕਈ ਵਾਰ ਐਵੇਂ ਦੀਆਂ ਗਲਤੀਆਂ ਕਰ ਬੈਠਦੇ ਆ ਜੋ ਸਾਨੂੰ ਆਰਥਿਕ ਤੇ ਮਾਨਸਿਕ ਤੌਰ ਤੇ ਆਪਾਂ ਨੂੰ ਪਰੇਸ਼ਾਨੀਆਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਤੇ ਉਹ ਕਿਹੜੀ ਚੀਜ਼ਾਂ ਨੇ ਜਿਨ੍ਹਾਂ ਨਾਲ ਦਿਲਦਰ ਦੀਆਂ ਦਿਲਦਰ ਕਰਵਾਸਾ ਕਰ ਜਾਂਦਾ ਤੇ ਉਹ ਦਿਲਦਰ ਦੀਆਂ ਨਿਸ਼ਾਨੀਆਂ ਵੀ ਸਮਝਦੇ ਨੇ ਉਹ ਕਹਿੰਦੇ ਨੇ ਵੀ ਕਈ ਜਣੇ ਰੋਜ਼ ਘਰ ਪੂਜਾ ਪਾਠ ਤੇ ਕਰਦੇ ਨੇ ਪਰ ਉਸ ਵਿੱਚ ਵੀ ਕਈ ਗਲਤੀਆਂ ਕਰਦੇ ਨੇ ਜਿਸ ਕਾਰਨ ਉਹ ਮੰਨ ਪਾਉਂਦਾ ਫਲ ਫਿਰ ਹਾਸਲ ਨਹੀਂ ਕਰ ਪਾਉਂਦੇ ਉਹ ਕਹਿੰਦੇ ਹਮੇਸ਼ਾ ਨਾ ਤੋ ਕਦੇ ਵੀ ਗਲਤ ਪਦਾਰਥਾ ਫਿਰ ਸੇਵਨ ਨਾ ਕਰੋ ਹੱਥ ਵੀ ਨਾ ਲਾਓ ਤੇ ਫਿਰ ਪਾਠ ਕਰੋ ਨਹੀਂ ਤਾਂ ਤੁਸੀਂ ਪਾਪਾਂ ਦੇ ਭਾਗੀਦਾਰ ਬਣਦੇ ਹੋ ਕਹਿੰਦੇ ਜਦੋਂ ਪ੍ਰਸ਼ਾਦਾ ਬਣਾਉਨੇ ਹੋ ਨਾ ਜਾਂ ਕੋਈ ਪ੍ਰਸ਼ਾਦ ਬਣਾਉਂਦੇ ਹੋ ਤੁਹਾਨੂੰ ਸੁੰਘੋ ਨਾ ਉਹ ਉਦੋਂ ਨਾ ਸੁਚਿਤਮ ਰੱਖੋ ਫਿਰ ਉਹ ਕਹਿੰਦੇ ਨੇ ਵੀ ਜੋ ਮਨੁੱਖ ਹਰ ਸਮੇਂ ਜਦੋਂ ਨੂੰ ਚੱਬਦਾ ਰਹਿੰਦਾ ਹੈ ਜਾਂ ਨੂੰ ਕੱਟ ਕੇ ਥੱਲੇ ਸੁੱਟ ਦਿੰਦਾ ਹੈ ਕਹਿੰਦੇ ਉਹ ਵੀ ਹਮੇਸ਼ਾ ਉਹਨਾਂ ਦੇ ਕਾਰਨ ਦਲਿਤਰ ਦਾ ਵਾਸਾ ਹੁੰਦਾ ਹੈ ਫਿਰ ਉਹ ਕਹਿੰਦੇ ਨੇ ਵੀ ਘਰ ਦਾ ਜਿਹੜਾ ਮੁੱਖ ਗੇਟ ਹੈ ਨਾ ਮੁੱਖ ਦਰਵਾਜ਼ਾ ਹੈ ਮੁੱਖ ਬੂਆ ਹੈ ਉਹਦੇ ਆਸੇ-ਪਾਸੇ ਜੋ ਕੂੜਾ ਇਕੱਠਾ ਕਰ ਦਿੰਦੇ ਨੇ ਨਾ ਉਹ ਵੀ ਦਲਿਤਰ ਦੀ ਨਿਸ਼ਾਨੀ ਹੈ ਉੱਥੇ ਵੀ ਕਦੀ ਸੁੱਖ ਸਮਰiddhi ਨਹੀਂ ਆਉਂਦੀ ਫਿਰ ਉਹ ਕਹਿੰਦੇ ਨੇ ਵੀ ਜਿਸ ਘਰ ਵਿੱਚ ਪੈਸਾ ਹੋਵੇ ਪਰ ਉਹ ਪੈਸੇ ਦਾ ਨੂੰ ਗਰੂਰ ਹੋਵੇ ਤੇ ਉਹ ਇਸ ਜਦੋਂ ਗਰੂਰਾਂ ਜੇ ਤੇ ਫਿਰ ਕਿਸੇ ਨਾ ਕਿਸੇ ਨੂੰ ਮਾੜਾ ਬੋਲੇ ਉਹ ਕਹਿੰਦੇ ਇਹ ਕਦੀ ਨਾ ਕਰੋ ਕਿਉਂਕਿ ਜਦੋਂ ਆਪਕ ਤੁਸੀਂ ਕਿਸੇ ਨੂੰ ਮਾੜਾ ਬੋਲਦੇ ਹੋ ਤੇ ਉਹਨਾਂ ਦੇ ਮੂੰਹ ਚੋਂ ਨਿਕਲੀਆਂ ਬਦਮਵਾ ਤੁਹਾਨੂੰ ਕਿਸੇ ਜੋਗਾ ਨਹੀਂ ਛੱਡਦੀਆਂ ਫਿਰ ਉਹ ਕਹਿੰਦੇ ਨੇ ਵੀ ਘਰ ਦਾ ਜਿਹੜਾ ਮੁੱਖ ਦਰਵਾਜ਼ਾ ਮੁੱਖ ਬੂਆ ਹੈ ਨਾ ਹਨਾ ਉਹ ਹਮੇਸ਼ਾ ਇੱਕ ਤਾਂ ਸਾਫ਼ ਸੁਥਰਾ ਹੋਣਾ ਚਾਹੀਦਾ ਇੱਕ ਉਹਦੇ ਅੱਗੇ ਕਦੀ ਵੀ ਨਹੀਂ ਬੈਠਣਾ ਚਾਹੀਦਾ ਕਹਿੰਦੇ ਵੀ ਜੋ ਦਹਲਿਜ ਤੇ ਜਿਹੜੀ ਅੱਗੇ ਚੌਕੜ ਚੌਖੜ ਕਹਿ ਲੋ ਜਾਂ ਫਿਰ ਕਹਿ ਲੋ ਵੀ ਥੱਲੇ ਜਿਹੜੀ ਲੱਕੜ ਜੀ ਲੱਗੀ ਹੁੰਦੀ ਹੈ ਹਨਾ ਉਹਨੂੰ ਪੈਰ ਲਾ ਕੇ ਲੰਘਦੇ ਨੇ ਤੇ ਹਮੇਸ਼ਾ ਉੱਥੇ ਬੈਠ ਕੇ ਕੋਈ ਖਾਣਾ ਖਾਣ ਲੱਗ ਜਾਂਦਾ ਕੋਈ ਪ੍ਰਸ਼ਾਦਾ ਚੱਕਦਾ ਜਾਂ ਉੱਥੇ ਬੈਠੇ ਰਹਿੰਦੇ ਨੇ ਕਹਿੰਦੇ ਉਹ ਵੀ ਦਲੇਦਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਉਹ ਕਹਿੰਦੇ ਵੀ ਧਨ ਸਮ੍ਰiddhi ਇੱਥੋਂ ਆਉਂਦੀ ਹੈ ਤੇ ਇੱਥੇ ਆਪਾਂ ਜੇ ਗੰਦ ਪਾਈ ਰੱਖਾਂਗੇ ਤਾਂ ਉੱਥੇ ਫਿਰ ਜਿੱਥੇ ਗੰਦ ਹੋਵੇ ਕਹਿੰਦੇ ਉੱਥੇ ਕੋਈ ਵੀ ਆਉਣਾ ਪਸੰਦ ਨਹੀਂ ਕਰਦਾ ਕਹਿੰਦੇ ਜਦੋਂ ਬੂਏ ਅੱਗੇ ਬੈ ਆਪਾਂ ਹੀ ਬੈਠੇ ਰਹਿਣਾ ਹੈ ਤਾਂ ਫਿਰ ਅੱਗੇ ਤਾਂ ਰੋਕ ਲਾ ਕੇ ਬੈਠੇ ਰਹਿਣੇ ਆ ਤੇ ਸਮ੍ਰiddhi ਕਿੱਥੋਂ ਹੋਣੀ ਇਸ ਲਈ ਕਹਿੰਦੇ ਬੂਹੇ ਅੱਗੇ ਕਦੀ ਨਾ ਬੈਠੋ ਪਰ ਗੁਰਮਤ ਹਮੇਸ਼ਾ ਕੀਰਤ ਕਰੋ ਵੰਡ ਛਕੋ ਤੇ ਨਾਮ ਜਪੋ ਨੋ ਹੀ ਪਹਿਲ ਦਿੰਦੇ